ਪੰਜਾਬ ਦੀਆਂ ਸ਼ਾਮਲਾਟ ਜ਼ਮੀਨਾਂ ਤੇ ਕਬਜ਼ੇ ਬਾਰੇ ਜਸਟਿਸ ਕੁਲਦੀਪ ਸਿੰਘ ਟ੍ਰਿਬਿਊਨਲ ਦੀ ਇੱਕ ਰਿਪੋਰਟ ਆਈ ਸੀ। ਉਸ ਤੋਂ ਬਾਅਦ ਹਾਈਕੋਰਟ ਨੇ ਪੰਜਾਬ ਦੇ ਪੰਚਾਇਤ ਡਿਪਾਰਟਮੈਂਟ ਨੂੰ ਕਮੇਟੀ ਬਣਾਉਣ ਲਈ ਕਿਹਾ। ਸਾਡੇ ਨਾਲ ਸੁਰਜੀਤ ਸਿੰਘ ਰੱਖੜਾ ਪੰਚਾਇਤ ਡਿਪਾਰਟਮੈਂਟ ਦੇ ਮੰਤਰੀ ਨੇ। ਸਰ, ਉਹ ਕਮੇਟੀ ਜੋ ਬਿਠਾਈ ਸੀ ਉਹਦੀ ਰਿਪੋਰਟ ਆਈ ਹੈ ਹੁਣ ਤੱਕ ਜਾਂ ਕੀ ਕਾਰਵਾਈ ਚੱਲ ਰਹੀ ਹੈ? ਕਮੇਟੀ ਬਣ ਗਈ, ਰਿਪੋਰਟਾਂ ਆਉਣੀਆਂ ਸ਼ੁਰੂ ਹੋ ਗਈਆਂ। ਸਾਰੇ ਜ਼ਿਲ੍ਹਿਆਂ 'ਚ ਰਿਪੋਰਟਾਂ ਆ ਰਹੀਆਂ ਨੇ। ਕਾਫੀ ਜ਼ਮੀਨਾਂ ਡਿਸਪਿਊਟਡ ਹੈਗੀਆਂ, ਨਜਾਇਜ਼ ਕਬਜ਼ੇ ਨੇ। ਉਹਦੇ ਵਿੱਚ ਸਾਡੀ ਕੋਸ਼ਿਸ਼ ਹੈ ਕਿ ਅਸੀਂ ਪੰਚਾਇਤ ਨੂੰ ਇਨਵਾਲਵ ਕਰਕੇ, ਕਿਉਂਕਿ ਪੰਚਾਇਤ ਤੇ ਮੇਨ ਮਾਲਕ ਹੈ, ਪਿੰਡ ਮਾਲਕ ਹੈ। ਉਹਦੇ ਕਰਕੇ ਹੁਣ ਮਤਲਬ ਅਸੀਂ ਵੀ ਥੋੜ੍ਹੇ ਜਿਹੇ ਬਿਜ਼ੀ ਰਹੇ ਹਾਂ, ਕਿਉਂਕਿ ਇਲੈਕਸ਼ਨਾਂ ਸੀ। ਇਲੈਕਸ਼ਨ ਤੋਂ ਬਾਅਦ ਹੁਣ ਵਿਹਲੇ ਹੋ ਗਏ। ਹੁਣ ਉਹ ਜਿੰਨੀਆਂ ਵੀ ਰਿਪੋਰਟਾਂ ਬਣੀਆਂ ਨੇ, ਕਿੱਥੇ ਕਿੱਥੇ ਕਿੰਨੀ ਕਿੰਨੀ ਜ਼ਮੀਨ ਲੋਕਾਂ ਦੇ ਪੁਜੈਸ਼ਨ ਸੀ, ਕਿੱਥੇ ਜਾਤੀ ਹੋਈ ਸੀ, ਉਹ ਸਾਰੀ ਰਿਪੋਰਟ ਅਸੀਂ ਲੈ ਕੇ। ਕੁਛ ਪੁਜੈਸ਼ਨ ਲਏ ਨੇ ਡਿਪਾਰਟਮੈਂਟ ਨੇ? ਪੁਜੈਸ਼ਨ ਤਾਂ ਲਏ ਨੇ, ਕਾਫੀ ਲਏ ਨੇ, ਪਰ ਮੈਂ ਉਹਦੀ ਅਸਲੀ ਫਿਗਰ ਨਹੀਂ ਮੈਂ ਹੁਣ ਦੱਸ ਸਕਦਾ, ਕਿਉਂਕਿ ਮੈਂ ਇਨ ਟੱਚ ਨਹੀਂ। ਤੇ ਹੁਣ ਇਹ ਤੋਂ ਬਾਅਦ ਦੇ ਵਿੱਚ ਹਫ਼ਤੇ 10 ਦਿਨ ਦੇ ਵਿੱਚ ਸਾਰਾ ਸਾਡੇ ਕੋਲ ਰਿਪੋਰਟ ਆਜੂਗੀ। ਉਹ ਤੋਂ ਬਾਅਦ ਦੇਖ ਕੇ ਜੋ ਵੀ ਇੰਪਲੀਮੈਂਟ ਕਰਨਾ ਹੈ, ਕੋਈ ਮਦਦ ਲੈਣੀ ਹੈ ਜਾਂ ਕੁਛ ਹੋਰ ਕਰਨਾ, ਉਹ ਲੈ ਕੇ ਉਹ ਇੰਪਲੀਮੈਂਟ ਕਰਾਂਗੇ। ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਨੂੰ ਮਜੀਠੀਆ ਨੇ ਵਿਧਾਨ ਸਭਾ ਦੇ ਵਿੱਚ ਵੀ ਕੋਟ ਕੀਤਾ ਸੀ। ਇਸ ਰਿਪੋਰਟ ਦੇ ਮੁਤਾਬਕ ਬਹੁਤ ਸਾਰੇ ਵੱਡੇ ਅਫਸਰ ਨੇ ਜਿਹੜੇ ਪੰਜਾਬ ਪੁਲਿਸ ਦੇ, ਪੰਜਾਬ ਦੇ IAS ਔਰ ਪੰਜਾਬ ਦੇ ਕੁਝ ਪੋਲੀਟੀਸ਼ੀਅਨ ਸ਼ਾਮਲ ਨੇ, ਕੋਈ ਵੱਡੀ ਮੱਛੀ ਹੁਣ ਤੱਕ ਫਸੀ ਹੈ ਤੁਹਾਡੇ ਕੋਲ? ਦੇਖੋ, ਸਾਡੇ ਖਾਤੇ ਸਾਰਾ ਇੱਕੋ ਲੈਵਲ ਹੈ, ਚਾਹੇ ਵੱਡੇ ਤੋਂ ਵੱਡਾ ਬੰਦਾ ਹੋਵੇ, ਚਾਹੇ ਗਰੀਬ ਤੋਂ ਗਰੀਬ ਹੋਵੇ, ਸਾਡੇ ਲਈ ਇੱਕੋ ਹੈ, ਕੋਈ ਫਰਕ ਨਹੀਂ ਹੈ। ਅਤੇ ਵੱਡਾ ਆਜੂਗਾ ਵੱਡਾ ਫਸਜੂਗਾ, ਛੋਟਾ ਆਜੂਗਾ ਛੋਟਾ ਫਸਜੂਗਾ। ਅਸੀਂ ਤਾਂ ਫੇਅਰਲੀ ਕੰਮ ਕਰਨਾ ਹੈ, ਇਮਾਨਦਾਰੀ ਨਾਲ ਕੰਮ ਕਰਨਾ ਹੈ, ਨਾ ਕਿਸੇ ਨਾਲ ਜਾਤੀ ਕਰਨੀ ਹੈ, ਨਾ ਧੱਕਾ ਕਰਨਾ ਹੈ। ਫਾਈਨਲ ਰਿਪੋਰਟ ਕਦੋਂ ਤੱਕ? ਫਾਈਨਲ ਰਿਪੋਰਟ ਮੇਰਾ ਖਿਆਲ ਵੀ ਐਸੇ ਮਹੀਨੇ ਦੇ ਵਿੱਚ, ਅਗਲੇ ਜਿਹੜਾ ਮਹੀਨਾ ਚੜ੍ਹਨਾ ਹੁਣ ਜੂਨ ਦੇ ਮਹੀਨੇ 'ਚ ਆ ਜਾਣੀ ਚਾਹੀਦੀ। ਇਹ ਸਨ ਪੰਜਾਬ ਦੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ, ਜਿਨ੍ਹਾਂ ਦਾ ਕਹਿਣਾ ਕਿ ਜਲਦੀ ਰਿਪੋਰਟ ਜੂਨ ਮਹੀਨੇ ਤੱਕ ਰਿਪੋਰਟ ਆ ਜਾਵੇਗੀ। ਔਰ ਜਿਨ੍ਹਾਂ ਲੋਕਾਂ ਨੇ ਵੀ ਜ਼ਮੀਨਾਂ ਦੇ ਉੱਤੇ ਕਬਜ਼ੇ ਕੀਤੇ ਨੇ, ਜਿਹੜੀ ਸ਼ਾਮਲਾਟ ਜ਼ਮੀਨ ਦੇ ਉੱਤੇ ਕਬਜ਼ੇ ਨੇ, ਉਹ ਛੁਡਾਏ ਜਾਣਗੇ। ਯਾਦਵਿੰਦਰ ਸਿੰਘ, ABP ਨਿਊਜ਼, ਚੰਡੀਗੜ੍ਹ।